11 ਸਾਲ ਦਾ ਸੀਗਾ ਜਦੋਂ ਮੈਂ ਕ੍ਰਿਕਟ ਸ਼ੁਰੂ ਕੀਤੀ ਸੀਗੀ। ਮੈਂ ਵੈਸਟਇੰਡੀਜ਼ ਦੇ ਖਿਲਾਫ, ਮੇਰਾ ਪਹਿਲਾ 50 ਸੀਗੀ। ਮੇਰਾ ਆਈਡਲ ਕੁਇੰਟਨ ਦਾ ਕੋਕ, ਵੈਸਟਇੰਡੀਜ਼ ਦਾ ਅਜ਼ਾਰੀ ਜੋਸਫ, ਸ਼ੁਭਮਨ ਗਿੱਲ ਵਧੀਆ ਬੈਟਿੰਗ ਕਰਦਾ ਹੈ, ਸੂਰਿਆ ਕੁਮਾਰ ਯਾਦਵ ਓਬਵੀਅਸਲੀ ਸਾਰਿਆਂ ਦਾ ਫੇਵਰੇਟ ਹੈ ਐਟ ਦਾ ਮੋਮੈਂਟ। ਤਾਂ ਮੈਂ ਤਾਂ ਨਹੀਂ ਕਹੂੰਗਾ ਕਿ ਮੈਂ 360 ਹਾਂ, ਮੈਂ ਤਾਂ 180 ਕਹੂੰਗਾ। ਉੱਥੇ ਉੱਥੇ ਜਾਂ ਪਿੱਛੇ ਪਿੱਛੇ ਤਾਂ ਹੁੰਦੇ ਨਹੀਂ ਰਨ ਮੇਰੇ ਤੋਂ ਸਾਹਮਣੇ ਸਾਹਮਣੇ। ਮੇਰੇ ਪਾਪਾ ਖੇਡਦੇ ਹੁੰਦੇ ਸੀਗੇ ਕ੍ਰਿਕਟ ਪਹਿਲਾਂ, ਅਤੇ ਉਹ ਨੈਦਰਲੈਂਡਸ ਵਿੱਚ ਹੀ ਖੇਡਦੇ ਹੁੰਦੇ ਸੀਗੇ, ਉਹ ਕਲੱਬ ਕੈਪਟਨ ਸੀਗੇ। ਤਾਂ ਮੈਂ ਛੋਟਾ ਹੁੰਦਾ ਨਾਲ ਹੀ ਜਾਂਦਾ ਰਹਿੰਦਾ ਹੁੰਦਾ ਸੀਗਾ, ਤਾਂ ਉੱਥੋਂ ਮੈਨੂੰ ਕਾਫੀ ਇੰਟਰਸਟ ਪਿਆ, ਤਾਂ ਪਾਪਾ ਨਾਲ ਖੇਡਦਾ ਹੁੰਦਾ ਸੀਗਾ। ਤਾਂ 11 ਸਾਲ ਦਾ ਸੀਗਾ ਜਦੋਂ ਮੈਂ ਕ੍ਰਿਕਟ ਸ਼ੁਰੂ ਕੀਤੀ ਸੀਗੀ। ਮੈਂ ਵੈਸਟਇੰਡੀਜ਼ ਦੇ ਖਿਲਾਫ, ਮੇਰਾ ਪਹਿਲਾਂ 50 ਸੀਗੀ। ਕਾਫੀ ਨਰਵਸ ਇਨਿੰਗ ਸੀਗੀ ਕਿਉਂਕਿ ਮੈਂ ਲਾਸਟ ਇਨਿੰਗ ਸੀਗੀ ਸੀਰੀਜ਼ ਦੀ। ਤਾਂ ਮੈਂ ਪਹਿਲੇ ਮੈਚ ਵਿੱਚ 46 'ਤੇ ਆਊਟ ਹੋਇਆ ਸੀਗਾ, ਅਤੇ ਦੂਜੇ ਮੈਚ 48 'ਤੇ ਆਊਟ ਹੋਇਆ ਸੀਗਾ। ਤਾਂ ਮੈਨੂੰ ਇਹ ਸੀਗਾ ਕਿ ਮੈਂ 150 ਤਾਂ ਜ਼ਰੂਰ ਬਣਾਵਾਂ ਵੈਸਟਇੰਡੀਜ਼ ਦੇ ਖਿਲਾਫ਼। ਤਾਂ ਹਾਂ, ਜਦੋਂ 50 ਹੋਈ ਤਾਂ ਓਬਵੀਅਸਲੀ ਵਧੀਆ ਲੱਗਾ। ਫਰਕ ਓਬਵੀਅਸਲੀ ਟ੍ਰੇਨਿੰਗ ਆਵਰਸ, ਆਪਾਂ ਇੱਥੇ ਕਿੰਨੇ ਆਵਰਸ ਟ੍ਰੇਨਿੰਗ ਕਰਦੇ ਹਾਂ, ਤਾਂ ਉੱਥੇ ਓਬਵੀਅਸਲੀ ਉੱਥੇ ਸਪੋਰਟ ਕਾਫੀ ਛੋਟੀ ਹੈ। ਤਾਂ ਜਿਹੜੇ ਕ੍ਰਿਕਟ ਖੇਡਦੇ ਨੇ ਮੁੰਡੇ, ਉਹ ਮੋਸਟਲੀ ਡਬਲ ਵਰਕ ਕਰਦੇ ਨੇ, ਇੱਦਾਂ ਨਹੀਂ ਹੈ ਕਿ ਸਿਰਫ ਕ੍ਰਿਕਟ ਖੇਡਦੇ ਨੇ। ਤਾਂ ਫੈਸਿਲਿਟੀਜ਼ ਓਬਵੀਅਸਲੀ, ਤਾਂ ਫੈਸਿਲਿਟੀਜ਼ ਇੱਥੇ ਜ਼ਿਆਦਾ ਬੈਟਰ ਨੇ ਉੱਥੇ ਨਾਲੋਂ, ਪਰ ਸਲੋਲੀ ਹੋ ਰਿਹਾ, ਠੀਕ ਹੋ ਰਿਹਾ। ਉੱਥੇ ਵੀ ਕ੍ਰਿਕਟ ਵਧੀਆ ਹੋ ਰਹੀ ਹੈ ਹੁਣ। ਤਾਂ ਓਬਵੀਅਸਲੀ ਇੱਥੇ 12 ਮਹੀਨੇ ਕ੍ਰਿਕਟ ਚੱਲਦੀ ਹੈ, ਉੱਥੇ 5-6 ਮਹੀਨੇ ਕ੍ਰਿਕਟ ਚੱਲਦੀ ਹੈ। ਜਿੱਦਾਂ ਮੈਂ ਕਿਹਾ, ਮੈਂ 11 ਸਾਲ ਤੋਂ ਕ੍ਰਿਕਟ ਸ਼ੁਰੂ ਕੀਤੀ ਸੀਗੀ। ਤਾਂ ਮੈਂ ਪਹਿਲੇ ਸਾਲ ਵਿੱਚ ਹੀ ਅੰਡਰ 12 ਨੈਦਰਲੈਂਡਸ ਵੱਲੋਂ ਖੇਡਿਆ ਸੀਗਾ। ਤਾਂ ਇੱਦਾਂ ਹੀ ਮੈਂ ਰੈਂਕਸ ਵਿੱਚ ਆਇਆ ਸੀਗਾ। ਤਾਂ ਪਹਿਲਾਂ ਅੰਡਰ 12 ਖੇਡਿਆ, ਫਿਰ 13, ਫਿਰ 15, ਫਿਰ 19 ਦਾ ਮੈਂ ਕੈਪਟਨ ਸੀਗਾ। ਤਾਂ ਇੱਦਾਂ ਹੀ ਸਲੋਲੀ ਰਨ ਬਣਾਉਂਦਾ ਰਹਿੰਦਾ, ਨੈਦਰਲੈਂਡ ਏ ਵੱਲੋਂ ਖੇਡਿਆ ਮੈਂ ਐਜ਼ ਅ 16-year-old। ਤਾਂ ਜਦ ਮੈਂ 16 ਸਾਲ ਦਾ ਨੈਦਰਲੈਂਡ ਏ ਵੱਲੋਂ ਖੇਡਿਆ, ਤਾਂ ਮੇਰੇ ਜਰਜ਼ੀ ਦੇ ਖਿਲਾਫ਼ ਲਿਸਟ ਏ ਵਿੱਚ ਮੇਰੇ 3-50 ਸੀਗੇ 3 ਮੈਚਾਂ ਵਿੱਚ T20 ਵਿੱਚ। ਤਾਂ ਉਸ ਤੋਂ ਬਾਅਦ ਹੀ ਮੈਨੂੰ ਮੇਰਾ ਡੈਬਿਊ ਹੋਇਆ ਸੀਗਾ। ਓਬਵੀਅਸਲੀ ਸਾਰਿਆਂ ਦਾ ਟਾਰਗੇਟ ਹੁੰਦਾ ਕਿ ਆਪਾਂ IPL ਖੇਡੀਏ ਜਾਂ ਫਿਰ ਹੋਰ ਲੀਗਸ ਖੇਡੀਏ, ਪਰ ਮੇਰਾ ਫੋਕਸ ਮੇਨਲੀ ਇਹੀ ਹੈ ਕਿ ਜਿੰਨੇ ਜ਼ਿਆਦਾ ਰਨ ਹੋ ਸਕੇ ਨੈਦਰਲੈਂਡਸ ਵੱਲੋਂ ਕਰਾਂ। ਤਾਂ ਇਹ ਓਬਵੀਅਸਲੀ ਐਸ ਕੰਸਿਸਟੈਂਟ ਰਹਾਂ। ਤਾਂ ਮੈਂ ਜ਼ਿਆਦਾ ਇਹ ਫੋਕਸ ਨਹੀਂ ਕਰਦਾ ਕਿ ਮੈਂ ਉਹ ਲੀਗ ਖੇਡਾਂ ਜਾਂ ਆਹ ਲੀਗ ਖੇਡਾਂ, ਮੇਰਾ ਇਹ ਫੋਕਸ ਹੈ ਕਿ ਐਸ ਕੰਸਿਸਟੈਂਟਲੀ ਰਨ ਕਰੀ ਜਾਓ, ਮੈਂ ਨੈਦਰਲੈਂਡਸ ਵੱਲੋਂ ਦੈਨ ਆਪ ਹੀ ਹੋ ਜਾਏਗਾ। ਉੱਥੇ ਵਾਈਟ ਬਾਲ ਹੀ ਕ੍ਰਿਕਟ ਹੁੰਦੀ ਹੈ, ਪਹਿਲਾਂ ਹੁੰਦੀ ਸੀਗੀ, 5-6 ਸਾਲ ਪਹਿਲਾਂ ਹੁੰਦੀ ਸੀਗੀ, ਰੈੱਡ ਬਾਲ ਨਾਲ ਖੇਡਦੇ ਸੀਗੇ, ਪਰ ਉਦੋਂ ਮਤਲਬ ਇੰਨਾ ਫੋਕਸ ਨਹੀਂ ਰਿਹਾ। ਤਾਂ ਹੁਣ ਸਿਰਫ ਵਾਈਟ ਬਾਲ ਔਰ ਵਾਈਟ ਬਾਲ 'ਤੇ 50 ਓਵਰ ਦਾ ਤਾਂ T20 'ਤੇ ਫੋਕਸ ਹੈ। ਸੋ ਪ੍ਰੋਬਬਲੀ ਨੋਟ ਕਿ ਟੈਸਟ 'ਤੇ ਮੇਰਾ ਫੋਕਸ ਹੈ ਨਹੀਂ ਕੁਛ। ਅਗਰ ਮੈਂ ਕਹਾਂ ਤਾਂ ਪ੍ਰੋਬਬਲੀ PSL ਵਿੱਚ ਬੋਲਿੰਗ ਜ਼ਿਆਦਾ ਮੁਸ਼ਕਿਲ ਹੈ ਖੇਡਣੀ IPL ਨਾਲੋਂ। ਕਾਫੀ ਮੈਂ ਪਲੇਅਰਸ ਨਾਲ ਵੀ ਗੱਲ ਕੀਤੀ ਹੈ, ਤਾਂ ਓਬਵੀਅਸਲੀ ਉਹਦਾ ਵੀ ਕਾਫੀ ਅੱਛਾ ਹਾਈ ਸਟੈਂਡਰਡ ਹੈ। ਤਾਂ ਇਟ ਡਜ਼ਨਟ ਮੈਟਰ ਕਿ ਉਹ ਪਾਕਿਸਤਾਨ ਦੀ ਹੈ ਜਾਂ ਫਿਰ ਕਿੱਥੇ ਦੀ ਹੈ, ਲੀਗ ਇਜ਼ ਅ ਲੀਗ, ਕ੍ਰਿਕਟ ਕ੍ਰਿਕਟ ਹੁੰਦੀ ਹੈ।
ਮੇਰਾ ਆਈਡਲ ਕੁਇੰਟਨ ਦਾ ਕੋਕ ਹੈ, ਓਪਨਿੰਗ ਬੈਟਸਮੈਨ ਹੈ ਸਾਊਥ ਅਫਰੀਕਾ ਦਾ, ਤਾਂ ਉਹ ਵੀ ਲੈਫਟ ਹੈਂਡਡ ਹੈ ਓਪਨਿੰਗ ਬੈਟਨ, ਤਾਂ ਮੈਂ ਵੀ ਲੈਫਟ ਹੈਂਡ ਓਪਨਿੰਗ ਬੈਟਨ, ਤਾਂ ਵਾਸ ਲੁਕਡ ਅਪ ਟੂ ਹਿਮ। ਵੈਸਨੀ ਦਾ ਅਜ਼ਾਰੀ ਜੋਸਫ, ਮੇਰੇ ਲਈ ਮੈਂ ਸਭ ਤੋਂ ਜ਼ਿਆਦਾ ਤੇਜ਼ ਬੋਲਰ ਉਹੀ ਖੇਡਿਆ, ਤਾਂ ਹਾਂਜੀ ਅਜ਼ਾਰੀ ਜੋਸਫ ਵੈਸਨੀਜ਼ ਦਾ। ਪ੍ਰੋਬਲੀ ਕਵਰ ਡਰਾਈਵ ਜਾਂ ਫਿਰ ਕੱਟ ਸ਼ੋਟ, ਦੋਨਾਂ ਵਿੱਚੋਂ ਜਿਹੜਾ ਮਰਜ਼ੀ ਸ਼ੋਟ, ਪ੍ਰੋਬਲੀ ਫੇਵਰੇਟ ਸ਼ੋਟਸ ਨੇ। ਅਗਰ ਇੱਕ ਸ਼ੋਟ ਜਿਹੜਾ ਸਭ ਤੋਂ ਔਖਾ ਲੱਗਦਾ ਤਾਂ ਸਕੂਪ ਹੀ ਹੋ ਗਿਆ। ਮੈਂ ਤਾਂ ਨਹੀਂ ਕਹੂੰਗਾ ਕਿ ਮੈਂ 360 ਹਾਂ, ਮੈਂ ਤਾਂ 180 ਕਹੂੰਗਾ, ਉੱਥੇ ਹੀ ਆ, ਪਿੱਛੇ ਪਿੱਛੇ ਤਾਂ ਹੁੰਦੇ ਨਹੀਂ ਰਨ ਮੇਰੇ ਤੋਂ, ਸਾਹਮਣੇ ਸਾਹਮਣੇ ਹੀ ਹੈ। ਹਾਂਜੀ ਸ਼ੁਭਮਨ ਗਿੱਲ ਵਧੀਆ ਬੈਟਿੰਗ ਕਰਦਾ ਹੈ, ਤਾਂ ਪ੍ਰੋਬਲੀ ਸੂਰਿਆ ਕੁਮਾਰ ਯਾਦਵ ਓਬਵੀਅਸਲੀ ਸਾਰਿਆਂ ਦਾ ਫੇਵਰੇਟ ਹੈ ਐਟ ਦ ਮੋਮੈਂਟ, ਤਾਂ ਹਾਂਜੀ ਇਹ ਦੋ ਕ੍ਰਿਕਟਰਸ।